ਲਾ ਦੀ ਬਰਕਤ ਅੱਜ ਮੈਂ ਬਣਾਵਾਂਗੀ ਮਕਰੋਨੀ ਟਮਾਟੋ ਗਾਰਲਿਕ। ਚਲੋ ਫਿਰ ਬਣਾ ਲਈਏ। ਬੋਲ ਰਹੀ ਹੈ ਵਿੱਚ ਪਹਿਲੇ ਨਮਕ ਪਾਵਾਂਗੀ, ਇੱਕ ਚਮਚ ਤੇਲ ਪਾ ਦਾਂਗੀ, ਬੋਇਲ ਆ ਜਾਏ ਫਿਰ ਵਿੱਚ ਮਕਰੋਨੀ ਪਾਵਾਂਗੀ। ਪਾਣੀ ਉਬਲ ਗਿਆ, ਹੁਣ ਇਹਦੇ 'ਚ ਮਕਰੋਨੀ ਪਾ ਦਾਂਗੀ। ਠੀਕ ਹੈ, 6 ਮਿੰਟ ਤੱਕ ਪਕਾਵਾਂਗੀ ਮੈਂ, ਉਸ ਤੋਂ ਬਾਅਦ ਇਹਨੂੰ ਫਿਰ ਮੈਂ ਛਾਣ ਕੇ ਤੁਹਾਨੂੰ ਖਾਵਾਂਗੀ। ਬਿਸਮਿਲਲਾ ਬੇਟਾ ਜੀ, ਦੇਖੋ ਮਕਰੋਨੀ ਤਿਆਰ ਹੋ ਗਈ ਸਾਡੀ, ਹੁਣ ਇਹਨੂੰ ਨਿਚੋੜ ਕੇ ਫਿਰ ਤੁਹਾਨੂੰ ਖਾਣੇ ਆ ਛਾਣਨੀ 'ਚ। ਬੇਟਾ ਜੀ ਮਕਰੋਨੀ ਬੋਇਲ ਕਰ ਲਿੱਤੀ ਹੈ, ਮਾਸ਼ਾਅੱਲਾ ਦੇਖੋ ਕਿੱਡੀ ਸੋਹਣੀ ਬੋਇਲ ਹੋਈ ਹੈ, ਹੁਣ ਅਸੀਂ ਇਹਨੂੰ ਬਣਾਉਣੇ ਹਾਂ ਕਿਸ ਤਰ੍ਹਾਂ ਬਣਾਉਣਾ ਹੈ। ਠੀਕ ਹੈ, ਮਕਰੋਨੀ ਪਾਵਾਂਗੀ। ਠੀਕ ਹੈ, ਚਿਲੀ ਸੌਸ 1 ਚਮਚ, ਚਿਲੀ ਸੌਸ ਪਾਵਾਂਗੀ 1 ਚਮਚ, ਟਮਾਟੋ ਗਾਰਲਿਕ 2 ਚਮਚ, ਟਮਾਟੋ ਕੈਚਅਪ 2 ਚਮਚ। ਆਸਾਨ ਅਸੀਂ ਬਣਾਵਾਂਗੇ। ਠੀਕ ਹੈ, ਇਹਨੂੰ ਮਿਕਸ ਕਰਾਂਗੇ ਅਸੀਂ ਅੱਛੀ ਤਰ੍ਹਾਂ, ਅੱਛੀ ਤਰ੍ਹਾਂ ਮਿਕਸ ਕਰਕੇ ਫਿਰ ਤੁਹਾਨੂੰ ਦਿਖਾਉਂਦੀ ਹਾਂ। ਬੇਟਾ ਜੀ ਮਕਰੋਨੀ ਸਾਡੀ ਤਿਆਰ ਹੋ ਗਈ ਹੈ, ਹੁਣ ਮੈਂ ਤੁਹਾਨੂੰ ਡਿਸ਼ ਆਊਟ ਕਰਕੇ ਦਿਖਾਉਂਦੀ ਹਾਂ। ਠੀਕ ਹੈ ਬੇਟਾ ਜੀ, ਮਕਰੋਨੀ ਟਮਾਟੋ ਗਾਰਲਿਕ ਮੈਂ ਬਣਾਈ, ਤੁਸੀਂ ਵੀ ਇਸ ਤਰ੍ਹਾਂ ਬਣਾਉਣਾ, ਦੋਵਾਂ 'ਚ ਯਾਦ ਰੱਖਣਾ।